ਕੁਝ ਦੋ ਵੱਖਰੇ ਵੱਖਰੇ ਅਹਿਸਾਸ ਮਿਲ ਕੇ ਨਾ ਵੱਖਰਾ ਜਿਹਾ ਇਫੈਕਟ ਕ੍ਰੀਏਟ ਕਰਦੇ ਨੇ। ਜਿਵੇਂ ਦੇਬੀ ਜੀ ਕਹਿੰਦੇ ਨੇ ਕਿ ਕਿਸੇ ਨੂੰ ਚੇਤੇ ਕਰਕੇ ਰੋਣ 'ਚ ਮਜ਼ਾ ਬੜਾ, ਕਦੇ ਕਦਾਂ ਹੀ ਦਿਲ ਭਰਦਾ ਰਹੇ ਤਾਂ ਚੰਗਾ ਏ। ਉਵੇਂ ਹੀ ਇੱਕ ਅਹਿਸਾਸ ਹੁੰਦਾ ਲੰਮੀ ਡਰਾਈਵ 'ਤੇ, ਅਤੇ ਜੇ ਨਾਲ ਕਿਸੇ ਦਾ ਦਿਲ ਵੀ ਟੁੱਟਿਆ ਹੋਵੇ ਨਾ, ਤਾਂ ਉਹ ਕੰਬੀਨੇਸ਼ਨ ਵੱਖਰੀ ਪੌੜੀ ਲਾਉਂਦਾ ਰੱਬ ਨੂੰ। ਸਾਡੀ ਤਾਂ ਗਈ ਉਮਰ ਲੰਘ, ਪਰ ਚਾਹੇ ਹੋਵੇ ਗਮ ਅਤੇ ਚਾਹੇ ਹੋਵੇ ਖੁਸ਼ੀ, ਮਜ਼ਾ ਆ ਜਾਂਦਾ ਐਸੇ ਸਫ਼ਰਾਂ 'ਤੇ। ਬਸ ਬੰਦੇ ਨੂੰ ਕਾਹਲੀ ਨਾ ਹੋਵੇ ਕਿਸੇ ਜਗ੍ਹਾ ਪਹੁੰਚਣ ਦੀ। ਇਹ ਵੀਡੀਓ ਆਪਣੀ ਉਸ ਜਗ੍ਹਾ ਦੀ ਹੈ ਜੋ ਸ਼ਾਇਦ ਮੈਨੂੰ ਸੋਫਾਰ ਕੈਨੇਡਾ ਦਾ ਸਭ ਤੋਂ ਸੋਹਣਾ ਇਲਾਕਾ ਲੱਗਾ ਇਸ ਸਫ਼ਰ 'ਤੇ। ਉਹ ਸੂਬੇ 'ਚ ਐਂਟਰੀ ਵੱਜਣੀ ਆ ਜੋ ਖਤਮ ਹੋਣ ਦਾ ਨਾਮ ਨਹੀਂ ਲੈਂਦਾ, ਜਿਸ ਸੂਬੇ 'ਚ ਉਸ ਸੂਬੇ ਨਾਲੋਂ ਵੀ ਮਸ਼ਹੂਰ ਸ਼ਹਿਰ ਪੈਂਦਾ ਵਾ, ਬ੍ਰੈਂਪਟਨ। ਸੋ ਆ ਜਾਓ, ਮਿਲਦੇ ਹਾਂ ਅੱਜ ਆਪਾਂ ਅੰਟਾਰੀਓ 'ਚ। ਸਤਿ ਸ਼੍ਰੀ ਅਕਾਲ ਜੀ। ਜਸਟ ਆਪਾਂ ਲੱਗੇ ਹਾਂ ਤੁਰਨ ਸੈਂਟਰ ਆਫ ਕੈਨੇਡਾ ਸਮਾਰਕ ਮਤਲਬ ਕਿਸੇ ਵੀ ਚੀਜ਼ ਨੂੰ ਕਹਿ ਸਕਦੇ ਹੁੰਦੇ ਕਿ ਨਹੀਂ, ਹੈ ਨਾ? ਸਮਾਰਕ ਮੇਰੇ ਖਿਆਲ ਨਾਲ ਉਹੀ ਹੁੰਦਾ ਇੱਥੇ ਸ਼ਹੀਦੀ ਸ਼ਹੂਦੀ ਹੋਈ ਹੋਵੇ ਨਾ। ਸਮਾਰਕ ਨਹੀਂ ਹੈ, ਹੈ ਨਾ? ਕੀ ਲੈਂਡਮਾਰਕ, ਹੈ ਨਾ? ਲੈਂਡਮਾਰਕ ਨਹੀਂ, ਪੰਜਾਬੀ 'ਚ ਕੀ ਕਹਾਂਗੇ ਇਹਨੂੰ? ਪੰਜਾਬੀ 'ਚ ਹੈ ਨਾ, ਹਾਂ ਚਲੋ, ਇੰਪੋਰਟੈਂਟ ਮਹੱਤਵਪੂਰਨ ਸਥਾਨ। ਅਤੇ ਹੁਣ ਟੋਰੰਟੋ ਦਾ ਸਫ਼ਰ ਆਈ ਥਿੰਕ ਆਪਣਾ 4 ਤੋਂ 5 ਦਿਨ ਦਾ ਹੋਊਗਾ ਇੱਥੋਂ। ਅੱਜ ਮੈਂ ਇਹਨੂੰ ਅੱਗੇ ਹਿੰਦੀ ਨੂੰ ਆ ਰਿਹਾ, ਅੱਜ ਮੇਰਾ ਜੀ ਕਰਦਾ ਕਿ ਇਹ ਡਰਾਈਵ ਕਰੇ ਤਾਂ ਮੈਂ ਅੱਜ ਐਨ ਰਿਲੈਕਸ ਹੋ ਕੇ ਬੈਠਾ, ਪਰ ਹਿੰਦੀ ਸਾਹਿਬ ਕਹਿੰਦੇ ਨਾ ਭਾਈ। ਚਲੋ ਹੁਣ ਮਨੋਰੰਜਨ ਕਰੀ ਜਾਈ, ਮੇਰਾ ਸਾਈਡ 'ਤੇ ਬੈਠਾ, ਠੀਕ ਆ? ਹਾਈਵੇ 1 ਆਉਣ ਹੀ ਜਾਣਾ ਆਪਾਂ, ਹੈ ਨਾ? ਪਿੱਛੇ ਉੱਥੋਂ ਲਈ ਲੈ ਆ ਸਿੱਧੇ ਜੇ ਰਾਹ। ਕੈਮਰੇ 'ਚ ਪਤਾ ਨਹੀਂ ਸੋਹਣੇ ਲੱਗਣ ਜਾਂ ਨਾ ਲੱਗਣ, ਪਰ ਦੂਰ ਤੱਕ ਜਦੋਂ ਨਿਗਾਹ ਜਾਂਦੀ ਹੈ ਨਾ, ਅਤੇ ਮੁੜ ਕੇ ਵਾਪਸ ਆਉਂਦੀ ਹੈ, ਬਹੁਤ ਸੋਹਣਾ ਅਹਿਸਾਸ ਨਾਲ ਲੈ ਕੇ ਆਉਂਦੀ ਆ। ਯੂਰਪ 'ਚ ਆਬਾਦੀ ਜ਼ਿਆਦਾ ਹੋਣ ਕਰਕੇ ਸੱਪ ਵਾਂਗੂ ਮੇਲ ਦੇ ਰੋਡ ਆਉਂਦੇ ਨੇ, ਉਹਨਾਂ ਦੀ ਆਪਣੀ ਖੂਬਸੂਰਤੀ ਆ ਅਤੇ ਇਹਨਾਂ ਦੀ ਆਪਣੀ। ਅਤੇ ਸਨੋਅ ਦਾ ਸਾਡੇ ਸਫ਼ਰ 'ਤੇ ਕੁਝ ਪਤਾ ਨਹੀਂ ਕਦੋਂ ਸ਼ੁਰੂ ਹੋ ਜਾਂਦੀ ਆ ਅਤੇ ਕਦੋਂ 10 ਮਿੰਟ ਬਾਅਦ ਰੁਕ ਜਾਂਦੀ ਹੈ। ਹਿਸਾਬ ਦੀ ਹੋਵੇ ਨਾ, ਅਤੇ ਇਹ ਰੂਮ ਜਿਹਾ ਅਸਮਾਨ 'ਚੋਂ ਡਿੱਗਦਾ ਬਹੁਤ ਹੀ ਸੋਹਣਾ ਲੱਗਦਾ ਵਾ। ਜਿਹੜੀ ਚੀਜ਼ ਦਾ ਵੀ ਬੋਰਡ 2 ਵਾਰੀ ਆ, ਜੇ ਮੈਂ ਉਹਨੂੰ ਇੰਪੋਰਟੈਂਟ ਸਮਝ ਗੱਡੀ ਰੋਕ ਹੀ ਲੈਣਾ, ਅਤੇ ਹੁਣ ਸੀ ਇਹ ਬੋਰਡ ਫਾਲਕਨ ਲੇਕ ਦਾ। ਫਿਰ ਅੱਗੇ ਆਪਸ਼ਨ ਆ ਜਾਂਦੀ ਹੈ ਰਿਮੋਟ ਸਾਈਡ ਜਾਣਾ ਲੇਕ ਦੇ ਜਾਂ ਪਿੰਡ ਵਾਲੀ ਸਾਈਡ 'ਤੇ। ਅਸੀਂ ਚੂਜ਼ ਕੀਤੀ ਰਿਮੋਟ ਸਾਈਡ। ਆਹੋ, ਲੇਕ 'ਤੇ ਜਾਣ ਦਾ ਉੱਪਰ ਸੋਚ ਰਿਹਾ ਮੈਂ ਵੀ, ਪਰ ਬਹੁਤ ਸਲਿਪਰੀ ਹੋ ਸਕਦੀ ਆ। ਅਤੇ ਆਪਾਂ ਨੂੰ ਇੱਕ ਵੀਰ ਨੇ ਕੀਤੇ ਸੀ ਗਿਫਟ ਆਹ ਵਾਲੇ, ਵੈਸੇ ਸੱਚ ਮੇਰੇ ਕੋਲ ਉਹ ਵੀ ਲੈ ਪਏ ਆ ਮੈਂ, ਜਿਹੜੇ ਕੀ ਕਹਿੰਦੇ ਆ ਵਾਲੇ ਆ, ਉਹ ਜਾਣੀ ਕਿ ਕਿੱਲ ਜਿਹੀ ਆ ਉਹ 'ਤੇ ਵੀ ਹੁਣੇ ਲੱਗ ਗਏ ਜਾ ਕੇ, ਉਹ ਕੀ ਕਰਦੇ ਪਏ ਆ, ਫਿਸ਼ਿੰਗ ਕਰ ਰਹੇ ਆ ਜਾਂ ਕੁਛ ਹੋਰ। ਸਾਈਜ਼ ਇਜ਼ XL ਐਂਡ ਆਈ ਥਿੰਕ ਸ਼ੁੱਡ ਬੀ ਵੋਰਨ ਦਿਸ ਵੇ। ਆ ਪਹਿਲੀ ਵਾਰੀ ਲੱਗਾ ਯੰਗ ਪਲੰਗਾ ਜਿਹਾ ਪਾਉਣ, ਗੁੱਡ ਮੈਨ ਦੀ ਲਾਲ ਟੈਨ ਪਹਿਲੀ ਵਾਰੀ। ਓਹੋ, ਹਿੰਦੀ ਕਹਿੰਦਾ ਮੈਂ ਤਾਂ ਨਹੀਂ ਆਉਣਾ, ਪਰ ਮੈਂ ਵੇਖ ਕੇ ਬਣਾਓ ਕੀ ਕਰਦੇ ਭਾਊ, ਜੇ ਉਹਨਾਂ ਨੂੰ ਉਹ ਨਾ ਮਾਇੰਡ ਕਰਨਗੇ ਤਾਂ, ਕਿਉਂਕਿ ਆਪਾਂ ਨੂੰ ਕੋਈ ਕਾਲੀ ਨਹੀਂ ਹੈਗੀ, ਆਪਾਂ ਭਾਵੇਂ ਹੋਰ 1 ਘੰਟਾ ਕੁ ਡਰਾਈਵ ਕਰਕੇ ਰੁਕ ਜਾਵਾਂਗੇ, ਪਤਾ ਨਹੀਂ ਇਹ ਰਹਿਣਗੇ ਕਿ ਲੱਥ ਜਾਣਗੇ। ਲੈਟਸ ਸੀ। ਅੱਛਾ, ਗਰਿੱਲ ਦਾ ਵੀ ਬਣਾਇਆ ਜੇ ਵੈਸੇ ਤਾਂ ਜੁਗਾੜ। ਆਹੋ ਜੀ, ਸੋ ਹਿਚਕਚਾ ਜੇ ਰਿਹਾ ਮੈਂ ਜਾਣੋਂ ਲੱਗ ਗਏ, ਜਾਵਾਂ ਕਿ ਨਾ। ਲੇਕ 'ਤੇ ਆਹ ਰਸਤਾ ਜੀ, ਆਹ ਪਿਆ ਇਹਨੂੰ ਮੈਂ ਕਿਹਾ ਖਲੋਤਾ ਵੇਖੋ ਕਿੱਥੇ, ਉਹ ਪਾਗਲਾ ਖਲੋਤਾ ਕਿੱਥੇ ਸੀ ਤੂੰ, ਓਏ ਠੀਕ ਆ ਬਚ ਗਿਆ। ਓ ਭਾਊ ਨੇ ਤਾਂ ਡਾਲੀ ਜਾਂ ਕੁਰਸੀ, ਅਤੇ ਮੈਂ ਸਹੀ ਡਿਸੀਜ਼ਨ ਲਿਆ ਆ ਜਿਹੜੇ ਪਾ ਕੇ ਆਇਆ, ਸੋ ਮੇ ਬੀ ਇਟ ਵਿਲ ਬੀ ਲੈਸ। ਅੱਛਾ ਠੀਕ ਹੈ ਵੀ, ਆਹ ਦੇਖੋ ਇਹਨਾਂ ਨੇ ਹੋਲ ਕੱਢੇ ਇੱਦਾਂ, ਹੈ ਨਾ, ਫਿਸ਼ਿੰਗ ਵਗੈਰਾ ਕਰਦੇ ਆ। ਸੋ ਲੈਟ ਸੀ ਕੀ ਗਾ, ਹੈ ਨਾ? ਆਹੋ ਹਾਂ, ਮਸ਼ੀਨ ਜੀ ਥਾਂ ਥਾਂ ਡਰਿੱਲ ਕੀਤੇ ਆ। ਆਈ ਡੋਂਟ ਨੋ ਇਹ ਕੋਈ ਪ੍ਰਾਈਵੇਟ ਕੰਪਨੀ ਆ ਜਾਂ ਵੀ ਹੋਬੀ ਆ, ਕਾਫੀ ਤਾਂ ਅਜੇ ਕੱਢੇ ਆ। ਸੋ ਇਹ ਆ ਜੀ, ਇੰਟਰਸਟਿੰਗ ਆ, ਹੈ ਨਾ?
ਸੱਚੀ ਐ ਨਹੀਂ ਲੰਘ ਹੀ ਚੱਲੇ ਸੀ ਨਾ ਉਹ ਮੇਰੇ ਦਿਮਾਗ 'ਚ ਤਾਂ ਆਇਆ ਏਰੀਆ ਇੱਕ ਪਹਿਲਾਂ ਵੀ ਸਾਈਨ 'ਚ ਆਇਆ ਫਾਲਕਨ ਲੇਕ ਦਾ ਕੋਈ 15-20 ਮਿੰਟ ਬਾਅਦ ਫਿਰ ਆਇਆ ਅਤੇ ਮੈਂ ਕਿਹਾ ਵਾਈ ਨਾਊਟ ਹੈ ਨਾ ਚੱਲਦੇ ਹਾਂ ਚੈੱਕ ਕਰਦੇ ਹਾਂ ਸੋ ਸਾਰੀ ਗਰਮੀਆਂ ਦੇ ਵਿੱਚ ਇੱਥੇ ਵੈਸੇ ਸੋ ਆਹ ਐਕਸਪੀਰੀਅੰਸ ਘੈਂਟ ਘੈਂਟ ਰੀਅਲੀ ਨਾਈਸ ਆਪਣਾ ਜਿਹੜੀ ਲੇਕ 'ਤੇ ਆਉਣਾ ਸਫਲ ਹੋ ਗਿਆ ਆਪਾਂ ਨੂੰ ਇੱਕ ਸਬਸਕ੍ਰਾਈਬਰ ਵੀ ਮਿਲ ਗਿਆ ਫੋਲੋਅਰ ਵੀ ਮਿਲ ਗਿਆ ਗੋਰੇ ਯਾਰ ਉਹ ਫੈਮਿਲੀ ਬਾਹਲੀ ਚੰਗੀ ਸੀ ਸੋ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਫਿਰ ਮੈਂ ਦੱਸਿਆ ਮੈਂ ਯੂਟਿਊਬ ਕਰਦਾ ਇਹਦੇ ਉਹ ਕਹਿੰਦੇ ਸਾਨੂੰ ਖੋਲ੍ਹ ਕੇ ਦਿਉ ਉਹਨਾਂ ਨੇ ਸਬਸਕ੍ਰਾਈਬ ਕੀਤਾ ਚੈਨਲ ਚੈੱਕਆਊਟ ਕੀਤਾ ਅਤੇ ਉਹਨਾਂ ਨੇ ਬੜੀ ਵਧੀਆ ਇਨਫੋਰਮੇਸ਼ਨ ਦਿੱਤੀ ਕਿ ਯਾਰ ਬਹੁਤ ਵਾਸਟ ਆ ਹੈ ਨਾ ਸੱਚੀ ਗੱਲ ਮੈਂ ਤਾਂ ਉੱਦਾਂ ਜਾਊਂਗਾ ਥੋੜ੍ਹੀ ਦੂਰ ਵਾਕ 'ਤੇ ਇਹਦੇ ਉੱਪਰ ਹੀ ਅਤੇ ਉਹ ਇਹ ਦੱਸਦੇ ਸੀ ਕਹਿੰਦੇ ਮਾਰਚ ਦੇ ਮਹੀਨੇ ਦੇ ਵਿੱਚ ਵੀ ਕਹਿੰਦਾ ਇਸ ਸਾਲ ਦੇ ਜਿੱਦਾਂ ਪਤਾ ਹੀ ਆ ਕਿ ਵਿੰਟਰ ਇੰਨੇ ਐਕਸਟ੍ਰੀਮ ਨਹੀਂ ਹੈਗੇ ਪਰ ਕਹਿੰਦਾ ਮਾਰਚ ਤੱਕ ਜੰਮੀ ਰਹਿੰਦੀ ਆ ਅਤੇ ਮਾਰਚ ਦੇ ਵਿੱਚ ਜਿਹੜੀ ਲੇਕ ਦੇ ਉੱਤੇ ਇੱਕ ਫੈਸਟੀਵਲ ਹੁੰਦਾ ਅਤੇ ਉਸੋਂ ਉਦੋਂ 4-5 ਹਜ਼ਾਰ ਜਾਣਾ ਆਉਂਦਾ ਇੱਥੇ ਪਾਰਟੀਸਪੇਟ ਕਰਦਾ ਵਾ ਅਤੇ ਜਿਹਨੂੰ ਸਭ ਤੋਂ ਵੱਡੀ ਮੱਛੀ ਮਿਲਦੀ ਆ ਉਹਨੂੰ $15,000 ਇਨਾਮ ਵੀ ਮਿਲਦਾ ਵਾ ਕਮਾਲ ਆ ਯਾਰ ਦੁਨੀਆ ਵੈਸੇ ਕਿੱਦਾਂ ਦੀਆਂ ਸੱਭਿਅਤਾਵਾਂ ਬਣ ਗਈਆਂ ਕਿੱਦਾਂ ਦੇ ਕਲਚਰ ਬਣ ਗਏ ਕਿੱਦਾਂ ਦੀਆਂ ਆਦਤਾਂ ਕਿੱਦਾਂ ਦੀਆਂ ਖੇਡਾਂ ਮੌਸਮ ਦੇ ਹਿਸਾਬ ਨਾਲ ਮੌਸਮ ਨੇ ਦੁਨੀਆ ਬਹੁਤ ਸ਼ੇਪ ਕੀਤੀ ਹੈ ਸੋ ਰੀਅਲੀ ਨਾਈਸ ਟੂ ਗੁੱਡ ਮੈਨ ਅਤੇ ਇਹੋ ਹੀ ਗੁਰ ਉਹੀ ਫੈਮਿਲੀ ਆਪਾਂ ਨੂੰ ਦੱਸਦੀ ਪਈ ਸੀ ਕਿ ਇੱਥੇ ਲਾਗੇ ਹੀ ਇੱਕ ਹੋਰ ਲੇਕ ਆ ਵਿਨੀਪੈਗ ਦੀ ਉਹ ਸਭ ਤੋਂ ਡੀਪ ਆ ਅਤੇ ਸ਼ਾਇਦ ਸਭ ਤੋਂ ਡੀਪ ਆ ਜਾਂ ਸਭ ਤੋਂ ਵੱਡੀ ਆ ਅਤੇ ਉਹ ਇੱਕ ਕਰੇਟਰ ਨੇ ਉਹਨੇ ਦੂਜੇ ਨੇ ਆ ਜਿਹੜੇ ਸਮਾਨ ਤੋਂ ਗੋਲੇ ਜਿਹੇ ਨਹੀਂ ਡਿੱਗਦੇ ਉਹਦੇ ਨਾਲ ਬਣੀ ਸੀ ਉਹ ਡਿੱਗਿਆ ਐਡੀ ਜ਼ੋਰ ਦੀ ਵੱਜਾ ਸੋ ਇਹ ਕੰਮ ਹੋਇਆ ਸੋ ਇੱਕ ਗੋਰਾ ਹੋਰ ਜਿਹੜਾ ਇੱਥੇ ਬੈਠਾ ਸੀ ਕੁਰਸੀ ਡਾ ਕੇ ਡਰਦੇ ਡਰਦੇ ਆਪਾਂ ਉੱਕੋ ਵੀ ਪਹੁੰਚ ਗਏ ਅਤੇ ਆਈ ਥਿੰਕ ਉਹ ਥੋੜ੍ਹੀ ਜਿਹੀ ਪੀਸ ਭਾਲਦਾ ਸੀ ਵੈਸੇ ਤਾਂ ਪਰ ਉਹਨੇ ਗੱਲਾਂ ਬਾਤਾਂ ਬਾਅਦ 'ਚ ਹੌਲੀ ਹੌਲੀ ਦਾ ਇੰਟਰਸਟ ਜਿਹਾ ਜਾਗ ਪਿਆ ਅਤੇ ਗੱਲ ਇੱਦਾਂ ਕੋਈ ਗੱਲ ਕਰਨ ਲੱਗ ਪਿਆ ਹੋਈ ਵੀ ਇਸ ਸਾਲ ਵਿੰਟਰ ਇੰਨੇ ਐਕਸਟ੍ਰੀਮ ਨਹੀਂ ਹੈਗੇ ਗਲੋਬਲ ਵਾਰਮਿੰਗ ਵਗੈਰਾ ਬਾਰੇ ਗੱਲ ਕਰਨ ਲੱਗ ਪਿਆ ਅਤੇ ਮੈਂ ਕਿਹਾ ਹਾਂ ਵੀ ਕੁਝ ਇਹੋ ਜਿਹੀਆਂ ਗੱਲਾਂ ਹੈਗੀਆਂ ਜਿਹੜੀਆਂ ਇਹ ਚੀਜ਼ ਨੂੰ ਸਪੋਰਟ ਕਰਦੀਆਂ ਕਿ ਹੋ ਰਹੀ ਆ ਕੁਝ ਚੀਜ਼ਾਂ ਇੱਦਾਂ ਦੀਆਂ ਵੀ ਜਿਹੜੀਆਂ ਇਹ ਕਹਿੰਦੀਆਂ ਕਿ ਹੋਕਸ ਹੀ ਆ ਵੀ ਅਰਥ ਤਾਂ ਆਲਵੇਜ਼ ਚੇਂਜ ਹੁੰਦੀਆਂ ਰਿਹਾ ਇੱਥੇ ਵੈਦਰ ਹੈ ਨਾ ਕਦੀ ਆਈ ਸੀ ਸੀ ਕਦੀ ਕੁਛ ਸੀ ਮੇ ਬੀ ਆਪਾਂ ਉਹੜੇ ਕਿਸੇ ਫੇਸ 'ਚੋਂ ਗੁਜ਼ਰ ਰਹੇ ਹਾਂ ਅਤੇ ਇਹ ਕਹਿੰਦਾ ਕਹਿੰਦਾ ਹਾਂ ਕਹਿੰਦਾ ਮੇਰਾ ਡੈਡ ਆ ਕਹਿੰਦਾ ਉਹ 90 ਸਾਲ ਦਾ ਅਤੇ ਉਹ ਵੀ ਕਹਿੰਦਾ ਸੀ ਕਹਿੰਦਾ ਵੀ ਇਹ ਚੀਜ਼ਾਂ ਇੱਦਾਂ ਦੇ ਵਿੰਟਰ ਮੇਰੀ ਜ਼ਿੰਦਗੀ ਦੇ ਵਿੱਚ ਵੀ ਆ ਚੁੱਕੇ ਕਹਿੰਦਾ ਪਰ ਮੇਰੀ ਲਾਈਫ ਦੇ ਵਿੱਚ ਪਹਿਲਾ ਵਿੰਟਰ ਇਹੋ ਜਿਹਾ ਕਿ ਜਿੱਥੇ ਟੈਂਪਰੇਚਰ ਰਾਊਂਡ 0 ਆ ਕਹਿੰਦਾ ਜਾਂ ਤਾਂ ਪਲੱਸ ਹੁੰਦਾ 2-4 ਜਾਂ 2-4 ਮਾਈਨਸ ਹੁੰਦਾ ਪਰ ਬਾਕੀ ਜਿਹੜੇ ਦਿਨਾਂ ਦੇ ਵਿੱਚ -40-50 ਹੁੰਦਾ ਵੈਸੇ ਤਾਂ ਸੋ ਇਹ ਆ ਸੱਚ ਦੂਸਰਾ ਗੋਰਾ ਆਪਾਂ ਨੂੰ ਇਹ ਵੀ ਦੱਸਦਾ ਪਿਆ ਸੀ ਕਿ ਇੱਕ ਜਿਹੜੀ ਉਹ ਨਾਲ ਸਭ ਤੋਂ ਵੱਡੀ ਲੇਕ ਆ ਕਹਿੰਦਾ ਵੀ ਉਹ ਇਸ ਸਾਲ ਕਿਉਂਕਿ ਲੋਕ ਇਹ ਕਰ ਲੈਂਦੇ ਅਜ਼ਿਊਮ ਕਿ ਸਾਰੀ ਜੰਮੀ ਹੋਣੀ ਆ ਕਹਿੰਦਾ ਕੋਈ ਗੱਡੀ ਲੈ ਕੇ ਚੜ੍ਹ ਗਿਆ ਲੇਕ ਦੇ ਉੱਤੇ ਅਤੇ ਕਹਿੰਦਾ ਉਹ ਕਿਤੇ ਉਹ ਪਰਤ ਛੋਟੀ ਸੀ ਅਤੇ ਕਹਿੰਦਾ ਉਹਦੀ ਕਾਰ ਕਹਿੰਦਾ 16 ਫੁੱਟ ਡੂੰਗੀ ਜਾ ਜੰਮੀ ਉਹ ਥੱਲੇ ਜਾਂਦੀ ਜਾਂਦੀ ਜੰਮ ਗਈ ਹੋ ਗਈ ਨਾ ਹਾਂ ਅਤੇ ਉਹ ਕਹਿੰਦਾ ਮੈਂ ਕਿਹਾ ਉਹ ਬਚ ਗਿਆ ਬੰਦਾ ਕਹਿੰਦਾ ਬੰਦਾ ਬਚ ਗਿਆ ਉਹਨੂੰ ਬਚਾ ਲਿਆ ਬਟ ਕਹਿੰਦਾ ਵੀ ਧਿਆਨ ਦੇ ਨਾਲ ਕਹਿੰਦਾ ਇਸ ਸਾਲ ਵੀ ਸਾਰੀਆਂ ਲੇਕਾਂ ਇੰਨੀਆਂ ਥਿੱਕ ਨਹੀਂ ਜੰਮੀਆਂ ਇਹ ਕਹਿੰਦਾ ਟੋਟਲੀ ਕਹਿੰਦਾ ਇੱਥੇ ਕਾਫੀ ਵੀ ਐਡੀ ਮੋਟੀ ਪਰਤ ਆ ਇਹ ਸਾਰੀ ਤਕਰੀਬਨ ਜੰਮੀ ਪਈ ਹੈ ਸੱਚੀ ਗੱਲ ਆ ਮੈਂ ਇਹ ਜੋ ਤੁਸੀਂ ਵੇਖ ਰਹੇ ਨਾ ਵੀਡੀਓ ਦੇ ਵਿੱਚ ਇਹਨੂੰ ਮੈਂ ਆਪਣੇ ਫੋਨ ਦੇ ਉੱਪਰੋਂ ਦੀ ਆਪਣੀਆਂ ਰੀਅਲ ਅੱਖਾਂ ਨਾਲ ਦੇਖ ਰਿਹਾ ਅਤੇ ਸੱਚੀ ਗੱਲ ਆ ਫੋਨ ਬਿਲਕੁਲ ਜਸਟੀਫਾਈ ਨਹੀਂ ਕਰਦਾ ਜੋ ਅਸਲ ਬਿਊਟੀ ਆ ਨਾ ਉਹਦਾ ਕਹਿ ਦਿਉ ਵੀ 10% ਹੀ ਆ ਫੋਨ ਦੇ ਕੈਮਰੇ ਦੇ ਵਿੱਚ ਉਹ ਜਿਹੜੇ ਤਰੀਕੇ ਨਾਲ ਕੈਚ ਹੋ ਰਿਹਾ ਵੀ ਬਹੁਤ ਵਾਸਟ ਜੀ ਲੇਕ ਆ ਲੰਮੀ ਅਤੇ ਆ ਵਿੱਚ ਐਂਗਲ ਗੱਡੇ ਪਏ ਆ ਇਹ ਪਤਾ ਨਹੀਂ ਕੀ ਆ ਵੇਖ ਕੇ ਆਈਏ ਚਲੋ ਵੇਖ ਕੇ ਹੀ ਆਉਂਦੇ ਹੋ ਐਂਗਲ ਜੇ ਕੀ ਆ ਓਕੇ ਜੀ ਸੋ ਇਹ ਸੀਨ ਇੱਦਾਂ ਵਾ ਜੋ ਮੇਰੇ ਦਿਮਾਗ ਨੇ ਪ੍ਰੋਸੈਸ ਕੀਤਾ ਇਹ ਰਸਤਾ ਵਾ ਉੱਧਰੋਂ ਅਤੇ ਇਹ ਕਨੈਕਟ ਕੀਤਾ ਸੋ ਜੇ ਕਿਸੇ ਨੇ ਗੱਡੀਆਂ ਗੁੱਡੀਆਂ ਲਿਜਾਣੀਆਂ ਉਹਦੇ ਵਾਸਤੇ ਉਹਨਾਂ ਨੇ ਨਿਸ਼ਾਨ ਲਾਏ ਆ ਕਿ ਇਹਦੇ ਵਿੱਚੇ ਵਿੱਚ ਹੀ ਇਹ ਮੇ ਬੀ ਅਥੋਰਟੀਜ਼ ਡਿਟਰਮਾਈਨ ਕਰਦੀਆਂ ਹੁਣ ਵੀ ਇੱਥੇ ਜ਼ਿਆਦਾ ਥਿੱਕ ਲੇਅਰ ਸੋ ਕਿੱਦਾਂ ਇਹ ਰਸਤਾ ਬਣਾਇਆ ਨੋ ਆਈਡੀਆ ਪਰ ਆਹ ਦੇਖੋ ਨਾ ਪਹਿਲਾਂ ਮੈਂ ਸੋਚਦਾ ਸੀ ਕੋਈ ਵੀ ਕੋਈ ਪੁਲ ਪਲ ਮੇ ਬੀ ਪਾਣੀ ਉੱਪਰ ਲੈਵਲ ਆ ਗਿਆ ਵੀ ਉਹਦੇ ਨਿਸ਼ਾਨ ਹੋਣ ਪਰ ਇਹ ਇਹਨਾਂ ਨੇ ਆਪ ਲਾਏ ਆ ਲੇਕ ਦੇ ਉੱਤੇ ਟ੍ਰੈਫਿਕ ਨੂੰ ਚਲਾਉਣ ਵਾਸਤੇ ਸੋ ਉੱਧਰਲੀ ਸਾਈਡ ਵੀ ਦੇਖਦੇ ਹਾਂ ਉਹ ਦੇਖੋ ਲੱਗਦੇ ਤਾਂ ਇੱਦਾਂ ਹੀ ਮੈਨੂੰ ਬਾਕੀ ਭਾਈ ਜਿਹੜੇ ਇੱਥੋਂ ਦੇ ਰਹਿਣ ਵਾਲੇ ਕੈਨੇਡਾ ਕੁਨੇਡਾ ਦੇ ਜਿਨ੍ਹਾਂ ਦਾ ਵਾਹ ਵੂ ਪੈਂਦਾ ਰਹਿੰਦਾ ਹੋਊਗਾ ਉਹਨਾਂ ਨੂੰ ਜ਼ਿਆਦਾ ਸਮਝ ਆਊਗੀ ਬਟ ਇਹ ਰੋਡ ਸਾਈਨ ਜਿਹਾ ਹੀ ਹੈ ਕਾਇੰਡ ਆਫ ਹਾਂ ਦੇਖੋ ਸੋ ਉੱਪਰ ਲੇਕ ਦੇ ਰੱਖੇ ਪਏ ਹੁਣ ਸੋ ਟ੍ਰੈਫਿਕ ਚੱਲਦਾ ਰਹੇ ਕਮਾਲ ਵੀ ਹੱਥ ਠੱਪ ਗਏ ਮਾੜੇ ਮਾੜੇ ਪਰ ਮੁੱਲ ਮੁੜ ਗਿਆ ਮੈਂ ਉਹ ਸੋਚ ਰਿਹਾ ਸੀ ਉਹੀ ਸਾਰਾ ਕਿ ਸੋ ਫਾਰ ਨਾ ਜਿੰਨੇ ਵੀ ਦੇਣਾ ਜਿਹੜੇ ਟ੍ਰਿਪ ਦੇ ਉੱਤੇ ਸਿਰਫ ਸਸਕਾਟੂਨ ਦੇ ਵਿੱਚ ਸੀ
ਉਹ ਅਸੀਂ ਇੱਕ ਦਿਨ ਸਾਡਾ ਘਰ ਹੀ ਲੰਘ ਗਿਆ, ਉੱਦਾਂ ਅਸੀਂ ਕੁਛ ਘੁੰਮ ਨਹੀਂ ਸਕੇ ਅਤੇ ਸਾਨੂੰ ਇਹ ਪਛਤਾਵਾ ਕਿ ਅਸੀਂ ਸਸਕਾ ਟੂਨ ਦਾ ਸਿਟੀ ਦਾ ਇੱਕ ਵਲੋਗ ਨਹੀਂ ਬਣਾ ਸਕੇ। ਉਸ ਤੋਂ ਬਾਅਦ ਹਰੇਕ ਦਿਨ ਕੁਝ ਨਾ ਕੁਝ ਸਪੈਸ਼ਲ ਹੁੰਦਾ ਗਿਆ, ਤਾਂ ਹਰੇਕ ਦਿਨ ਲੱਗਾ ਵੀ ਵਰਦੀ ਸੀ, ਇੱਦਾਂ ਨਹੀਂ ਕਿ ਗਿਆ 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 ਹੈ ਨਾ। ਸੋ ਅੱਜ ਦਾ ਤਾਂ ਅੱਜ ਵੀ ਉਹ ਜਿਹੜੀ ਉਹ ਤੁਸੀਂ ਪਿਛਲੇ ਵਲੋਗ 'ਚ ਵੇਖਿਆ ਹੋਣਾ ਕੋਰਨ ਮੇਜ਼ ਵਾਲਾ, ਉਹ ਵੀ ਗੁੱਡ ਸੀ। ਉਹ ਸੈਂਟਰ ਆਫ ਕੈਨੇਡਾ ਉਹ ਵੀ ਵਧੀਆ ਸੀ, ਅਤੇ ਤੀਜਾ ਫਾਲਕਨ ਲੇਕ ਇਹ ਵੀ ਬਹੁਤ ਵਧੀਆ। ਅਤੇ ਉਹ ਜਿਹੜਾ ਫੈਸਟੀਵਲ ਦੀ ਆਪਾਂ ਗੱਲ ਕਰਦੇ ਸੀ ਨਾ, ਉਹ ਚੈੱਕ ਕੀਤਾ, ਉਹ 16 ਮਾਰਚ ਨੂੰ ਹੁੰਦਾ ਹਰ ਸਾਲ, ਅਤੇ ਉਹ 3 ਘੰਟੇ ਲਈ ਹੁੰਦਾ 11 ਤੋਂ ਲੈ ਕੇ 2 ਵਜੇ ਦੇ ਵਿੱਚ, ਜੇ ਕਿਸੇ ਨੇ ਦੇਖਣਾ ਹੋਵੇ ਤਾਂ। ਕਾਫੀ ਜਾਣੇ ਨਾ ਮੈਨੂੰ ਇਹ ਹੀ ਪੁੱਛਦੇ ਆ ਯਾਰ ਸਿਆਲਾਂ 'ਚ ਕਿਉਂ ਕੈਨੇਡਾ ਘੁੰਮ ਰਿਹਾ ਸਿਆਲਾਂ, ਸੋ ਇਹ ਰੀਜ਼ਨ ਆ ਜਿਹੜੇ ਕਰਕੇ ਸਿਆਲਾਂ 'ਚ ਘੁੰਮ ਰਿਹਾ। ਸੋ ਬਹੁਤ ਘੈਂਟ ਆ ਨਜ਼ਾਰੇ ਮੰਦ, ਹੁਣ ਅਸੀਂ ਡਿਵਾਈਡਡ ਜੇ ਹਾਂ। ਮੈਂ ਤਾਂ ਕਹਿੰਦਾ ਇੱਥੇ ਹੀ ਸੌਂ ਜਾਈਏ ਲੇਕ ਦੇ ਕੰਢੇ, ਆਪਣੇ ਕੋਲ ਪਾਰਕਿੰਗ ਸਪੋਟ ਹੈਗੀ ਆ ਇੱਥੇ, ਸੋ ਉਹ ਪਰਾਂ ਬੈਂਚ 'ਚ ਵੀ ਹੈਗੇ ਬਹਿਣ ਨੂੰ, ਬਹਿਣਾ ਤਾਂ ਚੱਲ ਕੀ ਆ ਬਾਹਰ ਸ਼ਾਇਦ ਸਵੇਰੇ ਬਹਿ ਵੀ ਜਾਈਏ। ਅਤੇ ਇੱਧਰਲੀ ਸਾਈਡ ਉਹ ਟੋਆ ਪੁੱਟ ਮਹਿਕਮੇ ਵਾਲੀਆਂ ਟੋਇਲਟਾਂ ਵੀ ਹੈਗੀਆਂ, ਟੋਆ ਹੀ ਹੁੰਦਾ ਵੈਸੇ ਸਿੰਪਲੀ। ਸੋ ਹਿੰਦੀ ਨੂੰ ਵੇਖਦਾ ਬਣਾ ਕੇ ਜੇ ਮਨ ਜੇ ਇੱਥੇ ਰੁਕਣ ਦੀ ਸਹਿਮਤੀ ਨਹੀਂ ਬਣੀ, ਬਟ ਜੋ ਇਲਾਕਾ ਅੱਗੇ ਨੈਕਸਟ ਆਉਣਾ ਸੀ ਉਹ ਸ਼ਾਇਦ ਸੋ ਫਾਰ ਮੋਸਟ ਬਿਊਟੀਫੁਲ ਪਾਰਟ ਲੱਗਾ ਮੈਨੂੰ। ਅੰਟਾਰੀਓ ਸ਼ੁਰੂ ਹੁੰਦੇ ਹੀ ਇਹ ਏਰੀਆ ਆਉਂਦਾ ਜਿੱਥੇ ਬਸ ਲੇਕਸ ਹੀ ਲੇਕਸ ਨੇ, ਇੱਕ ਅੰਦਾਜ਼ੇ ਮੁਤਾਬਕ 300 ਤੋਂ 400 ਦੇ ਵਿੱਚ। ਬਟ ਸਭ ਤੋਂ ਵੱਡੀ ਲੇਕ ਹੈਗੀ ਆ ਲੇਕ ਆਫ ਦਾ ਵੁੱਡਸ, ਐਂਡ ਇਸ ਇਕੱਲੀ ਲੇਕ 'ਤੇ ਹੀ 14,500 ਆਈਲੈਂਡ ਨੇ। ਲੋ ਲਾਈਟ ਕਰਕੇ ਫੋਨ 'ਚ ਕੁਆਲਿਟੀ ਵਧੀਆ ਨਹੀਂ ਸੀ ਆਉਂਦੀ, ਅਤੇ ਬਹੁਤ ਕੁਝ ਰਿਕਾਰਡ ਨਹੀਂ ਕੀਤਾ ਜਾਂਦੇ ਜਾਂਦੇ। ਪਹਿਲੀ ਹੀ ਬਿਗ ਸਿਟੀ ਆਉਂਦੀ ਆ ਕਿਨੋਰਾ, ਇੱਥੇ ਪਲੈਨ ਬਣਿਆ ਕਿ ਅੱਜ ਗੱਡਾ ਇੱਥੇ ਹੀ ਰੋਕਦੇ ਹਾਂ। ਪੀਜ਼ਾ ਇੱਥੋਂ ਖਾ ਲੈਣਾ ਆਪਾਂ, ਅਤੇ ਯਾਰ ਬਹੁਤ ਸੋਹਣਾ ਏਰੀਆ ਵੀ ਆ, ਅਤੇ ਆੜਾ ਸ਼ਹਿਰ ਕਹਿ ਲਓ ਕਿਨੋਰਾ ਬਹੁਤ ਬਹੁਤ ਸੋਹਣਾ। ਸੋ ਕੱਲ੍ਹ ਦੀ ਪੂਰੀ ਦਿਹਾੜੀ ਲਾ ਦੇਣੀ ਇੱਥੇ ਆਪਾਂ ਇਸੇ ਨੂੰ ਘੁੰਮਣ 'ਚ। ਵਾਈਨ ਆਪਾਂ ਲਈ ਸੀ ਨਾ ਉੱਥੋਂ ਫੋਕ ਮਾਰਕੀਟ ਤੋਂ, ਪਰ ਵਾਈਨ ਓਪਨਰ ਨਹੀਂ ਸੀ ਉੱਥੋਂ, $10 ਦਾ ਦਿੰਦੇ ਪਏ ਸੀ, ਉਹ ਆਪਾਂ ਰਹਿੰਦਾ ਸੀ ਇੱਕ ਵਾਲਮਾਰਟ ਤੋਂ ਲੈ ਆਵਾਂਗੇ, ਹੁਣ ਦਹਾਣਾ ਹੀ ਲੈ ਲੈਣਾ ਸੀ। ਆਹ ਲੱਗਾ ਜੇ 17 ਦਾ ਜੀ ਇੱਥੇ, ਇਹ ਇੰਨੇ ਵਧੀਆ ਵੀ ਨਹੀਂ ਹੁੰਦੇ ਜਿਹੜੇ ਛੋਟੇ ਹੁੰਦੇ ਨਾ, ਉਹ ਜਿਹੜੇ ਆਪਾਂ ਰੈਸਟੋਰੈਂਟ ਵਗੈਰਾ ਐਜੂਵੇਟਰ ਯੂਜ਼ ਕਰਦੇ ਉਹ ਵਧੀਆ ਹੁੰਦੇ ਆ, ਅਤੇ ਨੋਰਮਲੀ ਤਾਂ ਉਹ ਯੂਰੋ ਦੇ ਹੁੰਦੇ। ਇੱਥੇ ਚੱਲ ਹੋ ਸਕਦਾ $3-4 ਦਾ ਹੋਵੇ, ਪਰ ਹੈ ਹੀ ਨਹੀਂ ਉਹਦੇ, ਜੀ ਨਹੀਂ ਕਰ ਰਿਹਾ ਲੈਣ ਨੂੰ। ਓਕੇ ਜੀ, ਗੁੱਡ ਨਾਈਟ ਅੱਜ ਲਈ, ਅਤੇ ਅੱਜ ਦੀ ਰਾਤ ਸਾਡੀ ਵਾਲਮਾਰਟ 'ਚ। ਉਹ ਗੱਡੀ ਦਿੱਤੀ ਡੱਕ ਦੂਰ, ਸੋ ਸੌਂਦੇ ਹਾਂ ਜੀ। ਦਿਖਾਉਣਾ ਤਾਂ ਜੋ ਕਲਿੱਕਾਂ ਕਰਦੇ ਆ ਕਰ, ਹਾਂਜੀ। ਸੋ ਆਪਾਂ ਕਿਸੇ ਨੂੰ ਡੋਨੇਸ਼ਨ ਨਹੀਂ ਕਹਿੰਦੇ, ਕਲਿੱਕਾਂ ਹੀ ਕਹਿੰਦੇ ਆ ਇੱਦਾਂ ਗੱਡੀ 'ਚ, ਇੱਦਾਂ ਦੇਖ ਸਕਦੇ ਹਾਂ। ਸੁਬਹਾ 8 ਵਜੇ ਸ਼ੁਰੂ ਹੋ ਗਈ ਮਾਮੋ, ਸੁਬਹਾ ਹੋ ਗਈ ਮਾਮੋ ਮਾਮੋ ਮਾਮੋ। ਗੁੱਡ ਮਾਰਨਿੰਗ ਜੀ ਕਨੋਰਾ ਵਾਲੀ, ਅਤੇ ਅੱਜ ਨਾਤੇ ਧੋਤੇ ਤੋਂ ਬਗੈਰ ਹੀ, ਇੱਕ ਤਾਂ ਜਿੱਥੇ ਕਿਤੇ ਲੋੜ ਹੁੰਦੀ ਹੈ ਨਹੀਂ ਟਾਈਮ ਫਿਟਨੈਸ ਦੀ ਉੱਥੇ ਹੁੰਦਾ ਹੀ ਨਹੀਂ ਗਾ। ਬੈਟਲ ਫੋਰਡ ਸੀ ਉੱਥੇ ਰੁਕੇ ਸੀ, ਉੱਥੇ ਨਹੀਂ ਹੈ। ਫਿਰ ਅਸੀਂ ਇੱਕ ਥਾਂ ਹੋਰ ਕਿਹੜੇ ਥਾਂ ਰੁਕੇ ਸੀ, ਕੋਈ ਵੀ ਛੋਟਾ ਜਿਹਾ ਟਾਊਨ ਸੀ ਜਿੱਦਣ ਗੱਡੀ ਸੁੱਤੇ ਸੀ, ਉੱਥੇ ਵੀ ਹੈ ਨਹੀਂ ਸੀ। ਹੁਣ ਅੱਜ ਇੱਥੇ ਰੁਕੇ ਸੀ, ਮੈਂ ਕਿਹਾ ਚੱਲ ਇੱਥੇ ਨਹਾਵਾਂਗੇ, ਇੱਥੇ ਵੀ ਹੈ ਨਹੀਂ। ਰਾਤੀਂ ਅਸੀਂ ਪਿੰਡ ਦੇ ਵਿੱਚੋਂ ਜਦੋਂ ਅਸੀਂ ਵਾਲਮਾਰਟ ਵੱਲ ਨੂੰ ਜਾ ਰਹੇ ਸੀ ਸੌਣ, ਉਦੋਂ ਵੀ ਸਾਨੂੰ ਰੋਡ 'ਤੇ ਹਿਰਨ ਹੋਰਨ ਦਿਖ ਗਿਆ। ਫਿਰ ਵਾਲਮਾਰਟ ਦੀ ਪਾਰਕਿੰਗ 'ਚ ਵੀ ਹਿਰਨ ਫਿਰਦੇ ਸੀ। ਨੌਰਥ ਅਮਰੀਕਾ ਦੇ ਵਿੱਚ ਜਿਹੜੀ ਹਿਰਨਾਂ ਦੀ ਪਾਪੂਲੇਸ਼ਨ ਉਹ ਕਾਫੀ ਜ਼ਿਆਦਾ ਆ, ਕਈ ਜਗ੍ਹਾ ਦੇ ਵਿੱਚ ਤਾਂ ਉਹ ਚਾਹੁੰਦੇ ਆ ਕਿ ਤੁਸੀਂ ਇਹਨਾਂ ਦੀ ਹੰਟਿੰਗ ਕਰੋ ਅਤੇ ਇਹਨਾਂ ਦੀ ਪਾਪੂਲੇਸ਼ਨ ਥੋੜ੍ਹੀ ਬਹੁਤੀ ਘਟੇ, ਤਾਂ ਜੋ ਜਿਹੜੀਆਂ ਹੋਰ ਪ੍ਰਜਾਤੀਆਂ ਵਾ ਜਿਨ੍ਹਾਂ ਦਾ ਹਿੱਸੇ ਦਾ ਇਹ ਵੀ ਛੱਕ ਜਾਂਦੇ ਆ ਵੀ ਉਹਨਾਂ ਦਾ ਹਿੱਸੇ ਦਾ ਆ ਸਕੇ, ਇਹੋ ਜਿਹਾ ਕੰਮ ਕਰਦੇ ਰਹਿੰਦੇ ਆ। ਉਹ ਜਿਵੇਂ ਸੁਣੀਦਾ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਨੇ ਲਿਆ ਕੇ ਪਤਾ ਨਹੀਂ ਇੱਕ ਦਰਜਨ ਕੇ ਕਿੰਨੇ ਖਰਗੋਸ਼ ਛੱਡੇ ਸੀ, ਉਹਨੇ ਖੁਦ ਹੰਟਿੰਗ ਲਈ ਛੱਡੇ ਸੀ, ਅਤੇ ਉਹ ਯਾਨੀ ਕਿ ਸਾਰੇ ਹੁਕਮ ਮਾਰੇ ਨਹੀਂ ਗਏ, ਅਤੇ ਅੱਜ ਉਹਨਾਂ ਦੀ ਸੰਖਿਆ ਪਤਾ ਨਹੀਂ ਸ਼ਾਇਦ ਕਹਿੰਦੇ ਬਿਲੀਅਨਸ ਦੇ ਵਿੱਚ ਆ ਉੱਥੇ, ਆਈ ਡੋਂਟ ਨੋ ਵੀ ਕੀ ਆ ਉੱਥੇ, ਪਰ ਸੁਣੀਦਾ ਵੀ ਬਹੁਤ ਉਹਨਾਂ ਦੀ ਤਾਦਾਦ ਬਹੁਤ ਵੱਡੀ ਹੋ ਗਈ। ਅਤੇ ਬਾਕੀ ਆ ਸਿਟੀ ਕਨੋਰਾ ਛੋਟੀ ਜਿਹੀ ਆ, ਇਹਦੀ 15,000 ਵੱਧਦੀ ਆ, ਪਰ ਯਾਨੀ ਕਿ ਸੁੱਖ ਸਹੂਲਤੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਇੱਥੇ ਹੈ ਆ, ਅਤੇ ਬਹੁਤ ਵਧੀਆ ਸਿਟੀ ਆ। ਹਾਂ, ਇਹੋ ਜਿਹੀਆਂ ਛੋਟੀਆਂ ਛੋਟੀਆਂ ਸਿਟੀਆਂ 15-20,000 ਵਾਲੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ। ਸੋ ਘੈਂਟ ਆ ਜੀ, ਅੱਜ ਸੰਡੇ ਸੀ
ਅਤੇ ਸੰਡੇ ਕਰਕੇ ਸਾਨੂੰ ਪਾਰਕਿੰਗ ਫਰੀ ਆ, ਅਦਰਵਾਈਜ਼ ਤਾਂ ਇੱਥੇ ਥਾਂ ਥਾਂ ਪੇਡ ਪਾਰਕਿੰਗ ਹੀ ਆ। ਇਹ ਆ ਜੀ ਬੇ ਏਰੀਆ ਜਿਹਾ, ਇੱਥੇ ਗਰਮੀਆਂ ਦੇ ਵਿੱਚ ਬੋਟਾਂ ਬਾਟਾਂ ਲੋਕਾਂ ਦੀਆਂ ਖਲੋਤੀਆਂ ਰਹਿੰਦੀਆਂ ਹੋਣਗੀਆਂ। ਇੰਦੀ ਨੇ ਉਹ ਦੇਖੋ ਚੰਗਾ ਰੌਲਾ ਪਾਇਆ ਉੱਧਰਲੀ ਸਾਈਡ। ਸੋ ਇਹਦੇ ਪਰਲੀ ਸਾਈਡ ਨੂੰ ਆਪਾਂ ਜਾਂਦੇ ਹੁਣ, ਇੱਕ ਉੱਧਰ ਨੂੰ ਗੇੜਾ ਦਿੰਦੇ ਹਾਂ ਅਤੇ ਬਾਕੀ ਸ਼ਹਿਰ ਦੇ ਵਿੱਚ ਡਰਾਈਵ ਕਰ ਦਿੰਦੇ ਹਾਂ, ਥੋੜ੍ਹੀ ਜਿਹੀ ਵੀਡੀਓ ਬਣਾ ਲੈਂਦੇ ਹਾਂ ਅਤੇ ਫਿਰ ਆਪਾਂ ਟੋਰਾਂਟੋ ਵੱਲ ਨੂੰ ਨਿਕਲਦੇ ਹਾਂ। ਅੱਜ ਫਿਰ ਇਰਾਦਾ ਇਹੀ ਹੈ ਕਿ 12 ਵਜੇ ਤੋਂ ਲੈ ਕੇ 6 ਵਜੇ ਤੱਕ ਡਰਾਈਵ ਕਰ ਲਈਏ। ਦਸਤਾਨੇ ਲਈ ਬਹੁਤ ਜ਼ਿਆਦਾ ਠੰਡ ਆ ਯਾਰ, ਹੱਥਾਂ ਵਾਸਤੇ ਬਹੁਤ ਜ਼ਿਆਦਾ ਪੋਟੇ ਐਣ ਦੋਹਣ ਲੱਗ ਪੈਂਦੇ, ਪੱਟਣ ਲੱਗ ਪੈਂਦੇ। ਬਾਕੀ ਆਹ ਜਿਹੜਾ ਸ਼ੈੱਡ ਜਿਹਾ ਨਾ ਇੱਥੇ, ਇਹਦੇ ਲਾਗੇ ਕਾਰ ਪਾਰਕ ਕਰਨੀ ਛੱਡ ਕੇ ਜਾਣੀ ਸਹੀ ਨਹੀਂ, ਕਿਉਂਕਿ ਇਹ ਸ਼ੈੱਡ ਆ ਇੱਕ ਸ਼ੈਲਟਰ ਜਿਹਾ ਵਾ ਹੈ ਨਾ ਠੰਡ ਤੋਂ ਬਚਣ ਵਾਸਤੇ, ਅਤੇ ਇੱਥੇ 10-15 ਜਣੇ ਆ ਯਾਨੀ ਕਿ ਹੋਮਲੈਸ, ਨੋਟ ਜਸਟ ਹੋਮਲੈਸ ਵੀ ਡਰੱਗੀ ਜਿਹੇ ਵੀ ਲੱਗਦੇ ਆ। ਸੋ ਉਹ ਹੁਣ ਇੰਦੀ ਨੂੰ ਫਿਰ ਮੈਂ ਕਿਹਾ ਤੂੰ ਗੱਡੀ ਦੇ ਵਿੱਚ ਬਹਿ ਜਾ ਅਤੇ ਮੈਂ ਮਾੜਾ ਜਿਹਾ ਹੱਥ ਯਾਰ ਬਾਲੇ ਤੈਨੂੰ ਪੋਟੇ ਦਿਖਾਉਣ ਲੱਗ ਪਿਆ। ਸੋ ਉਹਨੂੰ ਮੈਂ ਕਿਹਾ ਤੂੰ ਗੱਡੀ 'ਚ ਬਹਿ ਜਾ, ਮੈਂ ਮਾੜੇ ਜਿਹੇ ਇੱਕ ਅੱਧਾ ਲੇਕ ਦੇ ਕੰਢੇ ਕੰਢੇ ਜੇ ਡਰੋਨ ਸ਼ੋਟ ਜਿਹਾ ਲੈਣਾ ਸੀ। ਅਤੇ ਬਸ ਇੱਥੋਂ ਹੁਣ ਨਿਕਲਦੇ ਹੀ ਹਾਂ, ਵੈਸੇ ਤਾਂ ਸੋਚਿਆ ਕਿ 12 ਵਜੇ ਤੱਕ ਇੱਥੇ ਫਿਰ ਲੈਂਦੇ ਹਾਂ। ਅਤੇ ਇੱਕ ਉਹ ਸਿਟੀ ਹਾਲ ਦੀ ਬਿਲਡਿੰਗ ਬਹੁਤ ਸੋਹਣੀ ਹੈ, ਇੱਕ ਉਹ ਚਰਚ ਇੱਥੇ ਬਹੁਤ ਸੋਹਣੀ ਹੈ, ਇੱਥੇ ਨਾਲ ਹੀ ਆਹ ਸ਼ੈੱਡ ਇਹਦੇ ਲਾਗੇ, ਇਹਦੇ ਨਾਲ ਇੱਕ ਪਬਲਿਕ ਲਾਇਬ੍ਰੇਰੀ ਹੈ ਉਹ ਵੀ ਸੋਹਣੀ ਹੈ, ਇੱਕ ਉਹ ਉੱਪਰ ਟੋਪ 'ਤੇ ਬਿਲਡਿੰਗ ਆ ਉਹ ਪਤਾ ਨਹੀਂ ਕਿਹੜੀ ਹੈ। ਆਪਾਂ ਯਾਨੀ ਕਿ ਡਰੋਨ ਸ਼ੋਟ ਵਗੈਰਾ ਤਕਰੀਬਨ ਸਾਰਿਆਂ ਦੇ ਲੈ ਲਏ ਅਤੇ ਵਧੀਆ ਇਹੜੇ ਏਰੀਏ ਦੇ ਵਿੱਚ। ਜਿੱਦਾਂ ਮੈਂ ਕਿਹਾ ਕਿ ਇੰਨੀਆਂ ਲੇਕਾਂ ਨਾ, ਸੋ ਗਰਮੀਆਂ ਦੇ ਵਿੱਚ ਮੇਰੇ ਖਿਆਲ ਨਾਲ ਇਹੋ ਜਿਹੀ ਜਗ੍ਹਾ ਨੂੰ ਬੇਸ ਬਣਾ ਲਏ। ਵੈਸੇ ਤਾਂ ਇੱਥੇ ਕੈਂਪਿੰਗ ਸਾਈਟਸ ਵੀ ਰਸਤੇ ਦੇ ਵਿੱਚ ਕਾਫੀ ਆਉਂਦੀਆਂ, ਸੋ ਲੇਕਾਂ ਲੂਕਾਂ ਦੇ ਬਹੁਤ ਖੂਬ ਨਜ਼ਾਰੇ ਆ ਜੀ। ਵਾਕੇ ਗੱਡੀ ਜਾ ਕੇ ਹੀੜ 'ਚ ਹੀ ਬਹਿੰਦੇ ਹੁਣ ਅਤੇ ਤੁਰਦੇ ਹਾਂ ਜੀ ਅੱਗੇ ਨੂੰ। ਤੇਲ ਪਵਾ ਰਹੇ ਹਾਂ ਇੱਕ ਵਾਰੀ ਗੈਸ ਸਟੇਸ਼ਨ ਤੋਂ, ਕਿਉਂਕਿ ਪਿੱਛੇ ਸਾਈਨ ਲੱਗਾ ਸੀ ਕਿ ਚੈੱਕ ਯੂਅਰ ਫਿਊਲ ਅੱਗੇ ਹੈਡ ਲਿਮਿਟਡ ਸਰਵਿਸਿਸ, ਇਸੇ ਕਰਕੇ ਇੱਥੋਂ ਨਿਕਲ ਤੋਂ ਪਹਿਲਾਂ ਕਰਵਾ ਲਈਏ ਕੰਮ। ਗ੍ਰੇਨਾਈਟ ਸੋਹਣਾ ਲੱਗਦਾ ਹੈ ਨਾ, ਲਿਸ਼ਕਦਾ ਆ। ਥੋੜ੍ਹਾ ਜਿਹਾ ਹੀ ਆਪਾਂ ਜੇ ਚੱਲੇ ਸਾਂ, ਅੱਧਾ ਕੁ ਘੰਟਾ ਹੀ, ਅਤੇ ਆ ਰਿਹਾ ਸੀ ਹਿਸਟੋਰਿਕ। ਸੋ ਇਹ ਤੁਸੀਂ ਪੜ੍ਹ ਵੀ ਲਿਓ ਮੋਟਾ ਮੋਟਾ ਜਿਹਾ, ਆਪਾਂ ਦੱਸ ਦਿੰਦੇ ਹਾਂ ਕਿ ਰੇਲਵੇ ਲਾਈਨ ਸੀ ਉਹਦੇ ਲਈ ਜਿਹੜੀ ਲਾਸਟ ਸਪਾਈਕ ਬਣਾਈ ਗਈ ਅਤੇ ਜਿਹੜੀ ਭੇਜੀ ਗਈ ਉਹ ਇੱਥੋਂ ਭੇਜੀ ਗਈ, ਆਈ ਥਿੰਕ ਉਹ ਹੋਈ ਹੈ ਲਾਸਟ ਸਪਾਈਕ ਐਟ ਫੀਸ ਲੇਕ। ਰੇਲ ਰੋਡ ਕੰਪਲੀਟ ਕੀਤਾ ਸੀ ਇਹਨਾਂ ਨੇ 1875 'ਚ, ਇਹਨਾਂ ਨੇ ਸਟਾਰਟ ਕੀਤਾ ਸੀ ਅਤੇ 1882 'ਚ ਇਹਨੂੰ ਕੰਪਲੀਟ ਕੀਤਾ ਸੀ। ਇੱਕ ਲੇਕ ਸਪੀਰੀਅਰ ਆ ਅੱਗੇ ਜਾ ਕੇ ਆਉਣੀ ਆ, ਉਹ ਦੁਨੀਆ ਦੀ ਫਰੈਸ਼ ਵਾਟਰ ਦੀ ਸਭ ਤੋਂ ਵੱਡੀ ਲੇਕ ਆ ਫਰੈਸ਼ ਵਾਟਰ ਦੀ, ਅਤੇ ਉਹ ਅਤੇ ਇਹਨਾਂ ਨੇ ਜਦੋਂ ਵੈਸਟਰਨ ਪ੍ਰੇਰੀਜ਼ ਅਕੁਆਇਰ ਕੀਤੀਆਂ ਸੋ ਇਹਨਾਂ ਦੇ ਬਿਟਵੀਨ ਇਹ ਲਾਈਨ ਬਣਾਉਣਾ ਚਾਹੁੰਦੇ ਸੀ। ਸੋ ਜੀ ਅਤੇ ਬਾਕੀ ਵਿਊ ਬਹੁਤ ਬਹੁਤ ਸੋਹਣਾ, ਬਹੁਤ ਲੇਕਸ ਆਉਂਦੀਆਂ ਯਾਰ, ਇੰਨੀਆਂ ਲੇਕ ਆਉਂਦੀਆਂ ਅਤੇ ਮੇਰਾ ਹੁਣ ਜੀ ਇਹੋ ਹੀ ਕਰ ਰਿਹਾ ਕਿ ਮੈਂ ਉਹ ਮੇਰੇ 360 ਜਿਹੜਾ ਇੱਕ ਸਾਈਡ ਤੋਂ ਤਾਂ ਟੁੱਟ ਗਿਆ ਨਾ, ਸ਼ਾਇਦ ਉਹਦਾ ਇੱਕ ਸਾਈਡ ਦਾ ਕੈਮਰਾ ਕੰਮ ਕਰਦਾ ਵਾ ਅਤੇ ਉਹਨੂੰ ਫਿਰ ਅੱਜ ਆਪਾਂ ਮਾਊਂਟ ਕਰ ਹੀ ਦੇਣਾ ਪਿੱਛੇ, ਦੇਖਦੇ ਹਾਂ। ਪਰ ਪਿੱਛੋਂ ਸਾਫ਼ ਹੀ ਬੜੀ ਕਰਨੀ ਪੈਣੀ ਗੱਡੀ ਪਹਿਲਾਂ, ਤਾਂ ਦੇਖਦਾ ਅੱਜ ਗੱਲ ਬਣ ਗਈ ਤਾਂ ਕੱਟਦਾ ਜੀ ਝੰਡਾ ਅੱਜ ਫਿਰ ਉਹ। ਵੈਸੇ ਨਾ ਇਹਦੇ ਨਾਲ ਆਉਂਦੀਆਂ 3 ਇੱਦਾਂ, ਇੱਕ ਆਹ ਸਪੋਰਟ ਹੋ ਗਈ, ਇੱਕ ਆਹ ਹੋ ਗਈ, ਇੱਕ ਆ, ਉਦਾਂ 2 ਹੀ ਲਾਈਆਂ ਸੀ ਅਤੇ ਕਿਉਂਕਿ ਕਈਆਂ ਨੇ ਵੀਡੀਓ 'ਚ ਕਿਹਾ ਸੀ ਵੀ ਇਹ ਬਹੁਤ ਗੁੱਡ ਆ ਇਹ, ਵੀ 2 ਹੀ ਨਹੀਂ ਕਿਤੇ ਜਾਂਦੀਆਂ, ਅਤੇ ਆਪਾਂ 2 ਹੀ ਲਾਈਆਂ ਸੀ ਪਰ ਉਹ ਸੜਕ ਹੀ ਇੰਨੀ ਟੁੱਟੀ ਪਈ ਸੀ। ਹੁਣ ਮੈਂ 3 ਲਾਤੀਆਂ ਵਾ ਅਤੇ ਇਹਦਾ ਇੱਧਰਲੀ ਸਾਈਡ ਵਾਲਾ ਇੱਕ ਸਾਈਡ ਵਾਲਾ ਆਹ ਲੈਂਸ ਇਹਦਾ ਟੁੱਟ ਗਿਆ ਵਾ, ਸੋ ਮੈਂ ਪਰਲੀ ਸਾਈਡ ਵਾਲਾ ਜੇ ਸਹੀ ਆ ਅਤੇ ਉਹ ਯੂਜ਼ ਕਰ ਲਵਾਂਗੇ। ਬਾਕੀ ਦੇਖਦੇ ਹਾਂ ਕਿਹੋ ਜਿਹੀ ਬਣਦੀ ਆ ਵੀਡੀਓ,
ਛਿੜੀਓ ਮੈਨੂੰ ਇਹ ਸੀ ਕਿ ਯਾਰ ਲੇਕਾਂ ਲੋਕਾਂ ਬਹੁਤ ਸੋਹਣੀਆਂ ਆਉਣੀਆਂ ਵਾ ਅਤੇ ਇਹੜੀ ਚੀਜ਼ ਨੂੰ ਵੇਸਟ ਕਿਉਂ ਕਰਨਾ ਹੈ ਨਾ ਸੋ ਜਿਹੜੇ ਵਧੀਆ ਵਿਊ ਆਉਣੇ ਆ ਰਿਕਾਰਡ ਕਰਦੇ ਹਾਂ ਪਰ ਇਹ ਕਿ ਮੈਨੂੰ ਡਰ ਬੜਾ ਲੱਗਣ ਡਿਆ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਣਾ ਪਿੱਛੇ ਕਿ ਜੇ ਕਿਤੇ ਡਿੱਗ ਗਿਆ ਬੰਦਾ ਨਾਲ ਹੀ ਚੁੱਕ ਲਏ ਹੈ ਨਾ ਇਹ ਆ ਬਸ ਮੈਨੂੰ ਹੁਣ ਸਾਲੀ ਰਿਕਾਰਡ ਹੋਣ ਡੀ ਕਿ ਨਹੀਂ ਇਹ ਨਹੀਂ ਪਤਾ ਦੇਖਾਂ ਮਾੜਾ ਜਿਹਾ ਕਿੱਦਾਂ ਪਤਾ ਲੱਗੂ ਹੁਣ ਸੱਚ ਪੁੱਛੋ ਤਾਂ ਇਹ ਕੈਮਰਾ ਕੋਈ ਬਹੁਤਾ ਯੂਸਫੁੱਲ ਨਹੀਂ ਲੱਗਾ ਮੈਨੂੰ ਸਿਰਫ 5% ਹੀ ਕੰਮ ਇਹ ਦਿੰਦਾ ਵਾ ਅਤੇ ਉਹ ਵੀ ਉੱਥੇ ਜਿੱਥੇ ਤੁਹਾਨੂੰ ਆਈਡੀਆ ਨਾ ਹੋਵੇ ਕਿ ਪਤਾ ਨਹੀਂ ਕਿਸ ਡਾਇਰੈਕਸ਼ਨ 'ਚ ਸ਼ੂਟ ਕਰਨਾ ਵਾ ਜਿਵੇਂ ਕਿਸੇ ਰਾਈਡ 'ਤੇ ਹੋਵੋ ਅਤੇ ਰੁਕ ਨਹੀਂ ਸਕਦੇ ਅਦਰਵਾਈਜ਼ ਫੋਨ ਜਾਂ ਹੋਰ ਸਿੰਪਲ ਐਕਸ਼ਨ ਕੈਮਰਾ ਵਧੀਆ ਰਹਿੰਦੇ ਨੇ ਇਹ ਵਧੀਆ ਵੀ ਡੇ ਲਾਈਟ 'ਚ ਹੀ ਰਹਿੰਦਾ ਵਾ ਜੇ ਕਲਾਉਡੀ ਵਗੈਰਾ ਹੋਵੇ ਤਾਂ ਕੁਆਲਿਟੀ ਬਹੁਤ ਘਟੀਆ ਆਉਂਦੀ ਆ ਮੈਂ ਸ਼ਾਇਦ ਸੈਟਿੰਗ ਚੇਂਜ ਕੀਤੀ ਸੀ ਪਹਿਲਾਂ ਇਸ ਦੀ ਉਸ ਹਿਸਾਬ ਨਾਲ ਅਤੇ ਹੁਣ ਬ੍ਰਾਈਟ ਡੇ 'ਚ ਅੱਖਾਂ ਹੀ ਲੂਹ ਦਿੱਤੀਆਂ ਤੁਹਾਨੂੰ ਬਹੁਤ ਹੀ ਨੌਲੇਜ ਦੀ ਲੋੜ ਹੋਣੀ ਚਾਹੀਦੀ ਆ ਵਾਈਟ ਬੈਲੈਂਸ ਐਂਡ ਬਲਾ ਬਲਾ ਦੀ ਜੇ ਇਸ ਕੈਮਰੇ ਨੂੰ ਬੈਸਟ ਯੂਜ਼ ਕਰਨਾ ਪਹਿਲਾਂ ਤਾਂ ਫੁਟੇਜ ਇਹ ਬੜਾ ਔਖਾ ਕੰਮ ਯਾਰ ਵੈਸੇ ਮੈਂ ਕਿਹਾ ਕੱਪੜਾ ਕੁੱਪੜਾ ਮਾਰ ਲਈਏ ਅਤੇ ਚੱਲ ਰਿਹਾ ਕਿ ਮੁੱਗੀ ਬੈਟਰੀ ਮੈਨੂੰ ਲੱਗਦਾ ਮੁੱਕੀ ਗਈ ਬੈਟਰੀ ਹੈ ਨਾ ਮੁੱਗੀ ਠੰਡ ਦੇ ਨਾਲ ਬੰਨੇ ਦੀ ਜਗ੍ਹਾ ਬੁਝੀ ਜਾਣੀ ਸੀ ਮੁੱਗੀ ਓਕੇ ਲਾਈ ਲਈਏ ਇਹਨੂੰ ਹੁਣ ਯਾਰ ਵਿਚਾਰੇ ਨੂੰ ਇੱਕ ਥਾਂ ਇਹ ਚੱਕਰ ਹੋਇਆ ਮੈਂ ਨਾ ਰਾਜ ਰੋਕ ਕੇ ਫਿਰ ਅੱਜ ਇੱਕ ਇਹ ਵੀ ਪਾ ਲਾ ਤੀਆਂ ਸੀ ਇਹਨੂੰ ਮੇਰੇ ਕੋਲ ਪਈ ਸੀ ਗਾੜੀ ਕੌੜ ਜੀ ਮੈਨੂੰ ਇਹ ਜੇ ਲੱਥ ਵੀ ਜਾਊਗਾ ਅਤੇ ਲਮਕ ਜੂਗਾ ਨਾਲ ਸੋ ਇਹ ਚੱਕਰ ਸੀ ਅਤੇ ਆਹ ਜਿਹੜਾ ਭਾਈ ਮੈਂ ਤਾਂ ਬਹੁਤ 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 ਇੰਜੋਏ ਕਰ ਰਿਹਾ ਵੱਖਰਾ ਇੱਕ ਲਾਈਫ ਸਟਾਈਲ ਆ ਰਸਤੇ ਦੇ ਵਿੱਚ ਇੱਕ ਦੋ ਇੱਦਾਂ ਦੇ ਪਿੰਡ ਆਏ ਕਿ ਘਰ ਕਿਤੇ ਨੇ ਜਿਹੜੇ ਪੋਸਟ ਬਾਕਸ ਉਹਨਾਂ ਵਾਸਤੇ ਇੱਕ ਕੋਮਨ ਜੀ ਯਾਨੀ ਕਿ ਗਰਾਊਂਡ ਬਣਾ ਕੇ ਇੱਕੋ ਥਾਂ ਹੀ ਲਾਏ ਆ ਉਹਦੇ ਅਤੇ ਮੌਸਮ ਐਕਸਟ੍ਰੀਮ ਹੋਣ ਕਰਕੇ ਆਸੇ ਪਾਸੇ ਬਹੁਤ ਥਿੱਕ ਗਲਾਸ ਲੱਗਾ ਉਹਨਾਂ ਦੇ ਵਿੱਚ ਉਹ ਬਾਹਰਲੀ ਸਾਈਡ ਕਿ ਜਿਹੜੀ ਪੋਸਟ ਆ ਉਹ ਖਰਾਬ ਨਾ ਹੋਵੇ ਅਤੇ ਇੱਦਾਂ ਦੇ ਛੋਟੇ ਛੋਟੇ ਪਿੰਡ ਅਤੇ ਕਈ ਥਾਂ ਕੁਝ ਵੀ ਨਹੀਂ ਵਧੀਆ ਯਾਨੀ ਕਿ ਮੈਂ ਡਰਾਈਵ ਨੂੰ ਇੰਜੋਏ ਕਰ ਰਿਹਾ ਅਸੀਂ ਜਾ ਤਾਂ ਇੱਧਰ ਨੂੰ ਰਹੇ ਹਾਂ ਪਰ ਪਿੱਛੇ ਨਾ ਇਹਦੇ ਬਾਰੇ ਸਾਈਨ ਜਿਹਾ ਆਏ ਸੀ ਮੂਵਜ਼ ਵਗੈਰਾ ਵੱਡੀ ਜਿਹੀ ਫੋਟੋ ਲਾਈ ਸੀ ਜਿਵੇਂ ਉਹ ਉੱਥੇ ਲਾਈ ਆ ਅਤੇ ਲਿਖਿਆ ਸੀ 3 ਕਿਲੋਮੀਟਰ ਹੈੱਡ ਸੋ ਇੰਗਲਿਸ਼ ਰਿਵਰ ਇਨ ਫਾਰ ਅਵਰ ਰਜਿਸਟਰਡ ਗੈਸਟ ਵੀ ਆਫਰ ਅੱਛਾ ਮੈਨੂੰ ਲੱਗਾ ਸੀ ਸ਼ਾਇਦ ਕੋਈ ਮੂਜ਼ ਦੇ ਰਿਲੇਟਡ ਕੋਈ ਚੀਜ਼ ਹੋ ਗਈ ਵੇਖ ਕੇ ਆਉਂਦੇ ਹਾਂ ਪਰ ਇੱਧਰ ਨੂੰ ਮੂਜ਼ ਮਾਰ ਉੱਦਾਂ ਹੀ ਆਹ ਪਤਾ ਨਹੀਂ ਕਿਹਦੇ ਪੈਰ ਹੋ ਸਕਦੇ ਆ ਤੁਸੀਂ ਦੱਸਣਾ ਆਹ ਤਾਂ ਮੇਰੇ ਹੀ ਹੈ ਪਰ ਹੋਰ ਇਸ ਤੋਂ ਇਲਾਵਾ ਕੋਈ ਫੁੱਟ ਮਾਰਕ ਨਹੀਂ ਹੈਗੇ ਪਤਾ ਨਹੀਂ ਓਪਨ ਆ ਚੀਜ਼ ਕਿ ਬੰਦ ਆ ਨੋ ਆਈਡੀਆ ਕੋਈ ਆਹ ਆਵਾਜ਼ ਕਿੱਦਾਂ ਦੀ ਆਉਂਦੀ ਥੱਲੇ ਯਾਰ ਇਹ ਹੈ ਨਾ ਯਾਨੀ ਕਿ ਮੈਨੂੰ ਲੱਗਦਾ ਵੀ ਬਾਹਲੀ ਜਿੱਦਾਂ ਪਲਾਸਟਿਕ ਨਹੀਂ ਟੁੱਟਦੀ ਇੱਦਾਂ ਦੀ ਆਵਾਜ਼ ਆ ਰਹੀ ਪੈਰਾਂ ਥੱਲਿਓਂ ਪ੍ਰਾਈਵੇਟ ਪ੍ਰੋਪਰਟੀ ਹੈ ਨਾ ਮੁੜੀਏ ਵਾਪਸ ਇਹ ਦੇਖੀਏ ਉੱਧਰ ਨੂੰ ਲੈਟਸ ਗੋ ਬੈਕ ਮੈਂ ਪਿੱਛੇ ਜੇ ਇੱਕ ਵੀਡੀਓ ਕੀਤੀ ਉਹ 'ਚ ਮੈਂ ਕਿਹਾ ਸੀ ਕਿ ਯਾਨੀ ਕਿ ਸੁਨਸਾਨ ਦੇ ਵਿੱਚ ਵੀ ਇੱਕ ਖੂਬਸੂਰਤੀ ਹੁੰਦੀ ਆ ਕੈਨੇਡਾ ਬਹੁਤ ਵਿਹਲਾ ਪਿਆ ਵਾ ਅਤੇ ਬਹੁਤ ਵਿਸ਼ਾਲ ਆ ਸੋ ਉਹ ਵੀ ਇੱਕ ਖੂਬਸੂਰਤੀ ਵੱਖਰੀ ਆ ਅਤੇ ਇਹਦੇ ਵਿਸ਼ਾਲ ਹੋਣ ਕਰਕੇ ਵੱਖ ਵੱਖ ਇੱਥੇ ਟਾਈਮ ਜ਼ੋਨ ਆ ਅਤੇ ਨੋਰਮਲੀ ਆਪਾਂ ਕੀ ਕਰਦੇ ਹਾਂ ਨੋਰਮਲੀ ਜਦੋਂ ਕੰਟਰੀ ਕ੍ਰੋਸ ਹੁੰਦੀ ਆ ਉਦੋਂ ਟਾਈਮ ਜ਼ੋਨ ਚੇਂਜ ਹੁੰਦੇ ਆ ਜਾਂ ਬਹੁਤ ਵੱਡੀਆਂ ਵੀ ਕੰਟਰੀਆਂ ਵਾ ਜਿੱਥੇ ਉੱਥੇ USA ਬਹੁਤ ਵੱਡੀ ਕੰਟਰੀ ਉਹਦੇ 'ਚ ਬਹੁਤ ਟਾਈਮ ਜ਼ੋਨ ਹੈਗੇ ਰਸ਼ੀਆ ਦੇ ਬਹੁਤ ਟਾਈਮ ਜ਼ੋਨ ਚੇਂਜ ਹੁੰਦੇ ਆ ਸਭ ਤੋਂ ਵੱਧ ਟਾਈਮ ਜ਼ੋਨ ਰਸ਼ੀਆ ਦੇ ਕੋਲ ਆ ਅਤੇ ਕੈਨੇਡਾ ਦੇ ਵਿੱਚ 6 ਟਾਈਮ ਜ਼ੋਨ ਨੇ ਅਤੇ ਇੱਦਾਂ ਦੇ ਵੀ ਜਿੱਥੇ ਐਗਜੈਕਟਲੀ ਟਾਈਮ ਹੁਣ ਚੇਂਜ ਹੋ ਜਾਣਾ ਹੁਣ ਆਪਾਂ ਇੱਥੇ ਆ ਨਾਲ ਰੋਡ ਨੰਗਰੀ ਹਾਈਵੇ ਇੱਥੋਂ ਆਪਾਂ ਜਦੋਂ ਕ੍ਰੋਸ ਕੀਤਾ ਹੁਣ 6 ਵੱਜਣ ਵਾਲੇ ਆ ਸਾਡੇ ਕੋਲ ਤਾਂ ਜਦੋਂ ਆਪਾਂ ਇਹਨੂੰ ਕ੍ਰੋਸ ਕੀਤਾ ਉਦੋਂ ਹੀ 7 ਵੱਜਣੇ 1 ਘੰਟੇ ਦਾ ਫਰਕ ਆ ਸੋ ਜਿੱਥੇ ਇਹ ਟਾਈਮ ਜ਼ੋਨ ਚੇਂਜ ਹੁੰਦਾ ਵਾ ਉੱਥੇ ਉਹਨਾਂ ਨੇ ਆਹ ਮੋਨੂਮੈਂਟ ਜਿਹਾ ਲਾਇਆ ਵਾ ਸੋ ਕੁਆਇਟ ਸਪੈਸ਼ਲ ਆ ਇਹ ਆਪਾਂ ਹੁਣ ਇੱਥੇ ਵੜ ਲੱਗੇ ਹਾਂ ਈਸਟਰਨ ਸਟੈਂਡਰਡ ਟਾਈਮ ਜਿਹੜਾ ਟੋਰੋਂਟੋ ਦਾ ਵਾ ਸੋ ਬਾਅਦ ਦੇ ਵਿੱਚ ਆਪਣਾ ਟਾਈਮ ਉਹ ਉੱਥੇ ਜਾ ਕੇ ਚੇਂਜ ਹੋਣਾ ਜਾਂ ਨਿਊ ਫਾਊਂਡਲੈਂਡ ਅੱਗੇ ਜਾ ਕੇ ਚੇਂਜ ਹੋਣਾ ਵਾ ਸੋ ਸਪੈਸ਼ਲ ਜਿਹਾ ਉਹਨਾਂ ਨੇ ਕਰਕੇ ਲਾਇਆ ਵਾ ਮਜ਼ਾ ਆ ਰਿਹਾ ਯਾਰ ਸੋ ਫਾਰ ਸੋ ਗੁੱਡ ਮੈਨੂੰ ਆਈ ਮੈਂ ਨਾ ਰਸਤੇ 'ਚ ਆਉਂਦੇ ਹਾਂ ਆਪਣੇ ਆਪ ਨੂੰ ਆਪਣੀਆਂ ਕਈਆਂ ਚੀਜ਼ਾਂ ਰਿਵਾਈਜ਼ ਕਰ ਰਿਹਾ ਸੀ ਕਿ ਵੀ ਜਿੱਦਾਂ ਕਹਿੰਦੇ ਯਾਰ ਮੈਂ ਕੈਨੇਡਾ ਨੂੰ ਮਾੜਾ ਕਿਹਾ ਜਾਂ ਦਿਸ ਕਿਹਾ ਦੈਟ ਕਿਹਾ ਮੈਨੂੰ ਲੱਗਦਾ ਸੀ ਮੈਂ ਕਿਹਾ ਵੀ ਚੱਲ ਜੇ ਕੋਈ ਮੈਂ ਵੀਡੀਓ ਕੀਤੀ ਆ ਮੈਂ ਉਹਨੂੰ ਆਪਣੀ ਵੀਡੀਓ ਨੂੰ ਦੁਬਾਰਾ ਫਿਰ ਚੈੱਕਆਊਟ ਕਰੂੰਗਾ ਕਿ ਕਿਉਂਕਿ ਮੈਂ ਉਦੋਂ ਆਹ ਸਾਰਾ ਕੁਛ ਨਹੀਂ ਦੇਖਿਆ ਸੀ ਵੀ ਮੈਂ ਸਟਿਲ ਆਪਣੇ ਜੋ ਗੱਲਾਂ ਕਹੀਆਂ ਵੀ ਉਹ ਮੈਨੂੰ ਠੀਕ ਲੱਗਦੀਆਂ ਮੈਨੂੰ ਮੋਟੀਆਂ ਮੋਟੀਆਂ ਤਾਂ ਚੇਤੇ ਹੀ ਆ ਅਤੇ ਮੈਂ ਉਹ ਡਿਫਰੈਂਸ ਦੱਸਿਆ ਵੀ ਆ ਕਿਉਂਕਿ ਕੈਨੇਡਾ ਕੋਈ ਇਹੋ ਜਿਹਾ ਨੇਚਰ ਬਹੁਤ ਬਹੁਤ ਜ਼ਿਆਦਾ ਆ
ਅਤੇ ਜਦੋਂ ਦੂਸਰੀ ਸਾਈਡ ਨੇਚਰ ਦੀ ਗੱਲ ਆਉਂਦੀ ਹੈ ਤਾਂ ਸਵਿਟਜ਼ਰਲੈਂਡ ਵਰਗੇ ਮੁਲਕਾਂ ਦਾ ਨਾਮ ਆਉਂਦਾ, ਅਤੇ ਮੈਂ ਉਦੋਂ ਸਵਿਟਜ਼ਰਲੈਂਡ ਨੂੰ ਹਾਈ ਰੈਂਕ ਕਿਉਂ ਕੀਤਾ ਸੀ ਕੈਨੇਡਾ ਨਾਲੋਂ ਉੱਪਰ, ਅਤੇ ਮੈਂ ਉਹਦੇ ਰੀਜ਼ਨ ਵੀ ਦੱਸੇ ਸੀ ਕਿ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਮਨੁੱਖ ਅਤੇ ਕੁਦਰਤ ਆ ਉਹ ਇੱਕ ਮਿੱਕ ਹੋਈ ਪਈ ਆ, ਅਤੇ ਰੈੱਡ ਲਾਲ ਰੰਗ ਦੀਆਂ ਟ੍ਰੇਨਾਂ ਪਹਾੜਾਂ 'ਚ ਚੜ੍ਹਦੀਆਂ ਉਹ ਸੀਨ ਨਹੀਂ ਮਿਲਦੇ ਇੱਥੇ। ਸੋ ਉੱਦਾਂ ਦੀ ਕੈਨੇਡਾ ਦੇ ਵਿੱਚ ਉਹ ਸਾਰਾ ਇਨਫਰਾਸਟ੍ਰਕਚਰ ਬਣਾਉਣਾ ਵੀ ਬਹੁਤ ਡਿਫੀਕਲਟ ਆ, ਕਿਉਂਕਿ ਬਹੁਤ ਵੱਡਾ, ਬਹੁਤ ਵਿਸ਼ਾਲ ਆ, ਬਹੁਤ ਖਰਚਾ ਹੋਊਗਾ। ਚਲੋ ਹੈ ਤਾਂ USA ਵੀ ਬਹੁਤ ਵਿਸ਼ਾਲ ਆ, ਪਰ ਉੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ, ਅਤੇ ਆਪਣੇ ਆਪ ਹੀ ਉਹ ਜਿਹੜੀ ਲੋੜ ਸੀ ਉਹ ਆਪਣੇ ਆਪ ਪੂਰੀ ਹੁੰਦੀ ਗਈ, ਇਨਫਰਾਸਟ੍ਰਕਚਰ ਬਣਦਾ ਗਿਆ। ਅਤੇ ਕੈਨੇਡਾ, ਚਲੋ ਇਹ ਆਪਾਂ ਪੋਲੀਟੀਕਲ ਦੇ ਤਰੀਕੇ ਦੇ ਵਿੱਚ ਨਹੀਂ ਜਾਂਦੇ, ਉਹ ਇੱਕ ਲੰਬਾ ਮੇ ਬੀ ਆਪਾਂ ਗਾਂਹ ਕਦੇ ਪੋਡਕਾਸਟ ਹੀ ਕਰ ਲਵਾਂਗੇ ਕਿ USA ਵੀ ਐਡਾ ਹੀ ਆ, USA ਉਸ ਨਾਲੋਂ ਛੋਟਾ ਵਾ, ਕੈਨੇਡਾ ਉਸ ਨਾਲੋਂ ਵੱਡਾ ਵਾ, ਪਰ USA ਜ਼ਿਆਦਾ ਅਮੀਰ ਆ, ਰਿਸੋਰਸਿਸ ਆਈ ਥਿੰਕ ਇੰਨਾ ਕੁ ਜ਼ਿਆਦਾ ਹੋਣਗੇ ਕੈਨੇਡਾ ਕੋਲ USA ਦੇ ਨਾਲੋਂ ਵੀ ਮੇ ਬੀ, ਪਰ ਅਮੀਰ ਉਹ ਜ਼ਿਆਦਾ। ਸੋ ਕਿੱਦਾਂ ਇਹਦੇ ਰਿਸੋਰਸਿਸ ਦੀ ਲੁੱਟ ਹੁੰਦੀ ਕੈਨੇਡਾ ਦੀ, ਉਹ ਇੱਕ ਵੱਖਰੀ ਚੀਜ਼ ਆ। ਪਰ ਓਕੇ ਜੀ, ਸੋ ਰੁਕ ਰੁਕ ਕੇ ਆਏ ਹਾਂ, ਅੱਜ ਅਸੀਂ ਕੋਈ 600 ਕੁ ਕਿਲੋਮੀਟਰ ਕੱਢਣਾ ਵਾ, ਅਤੇ ਇਹ ਹਾਈਵੇ ਆ ਵੈਸੇ ਕਿਹਾ ਜਾਂਦਾ, ਪਰ ਸਿੰਗਲ ਰੋਡ ਹੀ ਆ, ਇੱਥੇ 90 ਕੁ ਦੀ ਸਪੀਡ ਆ, ਸੋ ਇਸ ਕਰਕੇ ਟਾਈਮ ਵੀ ਲੱਗ ਰਿਹਾ, ਪਰ ਅਸੀਂ ਵੀ ਰੁਕਦੇ ਰੁਕਦੇ ਆ ਰਹੇ ਹਾਂ। ਸੋ ਸਾਨੂੰ ਆਲਮੋਸਟ ਰਾਤ ਹੀ ਪੈ ਜਾਣੀ, ਕੋਈ ਇੱਧਰਲੀ ਸਾਈਡ ਦੇ ਟਾਈਮ ਦੇ ਹਿਸਾਬ ਨਾਲ ਆਪਾਂ 7 ਵਜੇ ਪਹੁੰਚਾਂਗੇ, ਅਤੇ ਅਤੇ ਇੱਧਰਲੇ ਅਤੇ ਇੱਧਰਲੇ ਟਾਈਮ ਦੇ ਹਿਸਾਬ ਨਾਲ ਆਪਾਂ 8 ਵਜੇ ਪਹੁੰਚਾਂਗੇ। ਅੱਜ ਰਾਤ ਲਈ ਅਸੀਂ ਰੁਕ ਰਹੇ ਹਾਂ ਥੰਡਰ ਬੇ, ਇਹ ਸ਼ਹਿਰ ਵਸਿਆ ਵਾ ਲੇਕ ਸੁਪੀਰੀਅਰ ਦੇ ਕੰਢੇ 'ਤੇ, ਅਤੇ ਬਾਏ ਸਰਫੇਸ ਇਹ ਦੁਨੀਆ ਦੀ ਸਭ ਤੋਂ ਵੱਡੀ ਫਰੈਸ਼ ਵਾਟਰ ਦੀ ਲੇਕ ਆ, ਕੋਈ 82,000 ਸਕੁਏਅਰ ਕਿਲੋਮੀਟਰ ਦੇ ਵਿੱਚ ਫੈਲੀ ਆ। ਆਪਣੇ ਪੰਜਾਬ ਦਾ ਸਾਰਾ ਇਲਾਕਾ 50,000 ਸਕੁਏਅਰ ਕਿਲੋਮੀਟਰ ਆ, ਸੋ ਤਕਰੀਬਨ ਪੰਜਾਬ ਨਾਲੋਂ ਦੁੱਗਣੀ ਹੀ ਵੱਡੀ ਆ। ਘੁੰਮਦੇ ਹਾਂ ਇਹਦੇ ਆਲੇ ਦੁਆਲੇ ਆਪਾਂ ਨੈਕਸਟ ਵੀਡੀਓ ਦੇ ਵਿੱਚ, ਅਤੇ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਐਪਰੀਸ਼ੀਏਟ ਕਰ ਦਿਓ, ਅਤੇ ਜੇ ਦਿਲ ਮੰਨੇ ਤਾਂ ਸਬਸਕ੍ਰਾਈਬ ਵਾਲਾ ਕੰਮ ਵੀ ਨਿਬੇੜ ਹੀ ਦਿਓ। ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਮਿਲਦੇ ਨੈਕਸਟ ਵੀਡੀਓ ਦੇ ਵਿੱਚ।